ਵਾਰੀ ਖਾਲਸਾ ਵਾਰੀ ਫਤਿਹ ਮੈਂ ਹੁਣੇ ਹੋਏ ਪੰਜਾਬੀ ਟ੍ਰਿਬਿਊਨ ਦਾ ਐਡੀਟੋਰੀਅਲ ਪੜ੍ਹਿਆ ਹੈ ਪਾਰਦਰਸ਼ਤਾ ਦੀ ਜ਼ਰੂਰਤ ਜਿਸ ਵਿੱਚ ਐਡੀਟਰ ਨੇ ਬਹੁਤ ਸੁੰਦਰ ਕਿਹਾ ਹੈ ਕਿ ਜੇ ਪੈਗਾਸਸ ਵੈਬਸਾਈਟ ਦੀ ਵਰਤੋਂ ਪਾਠਕਾਂ ਦੇ ਖਿਲਾਫ ਅੱਤਵਾਦੀਆਂ ਦੇ ਖਿਲਾਫ ਕੀਤੀ ਹੁੰਦੀ ਤਾਂ ਗੱਲ ਸਮਝ ਆਉਂਦੀ ਸੀ ਪਰ ਇਹ ਦੇਸ਼ ਦੇ ਵਿਰੋਧੀ ਸਿਆਸਤਦਾਨਾਂ ਅਤੇ ਹੋਰ ਲੋਕਾਂ ਜੋ ਸਰਕਾਰ ਦੇ ਨਾਲ ਸਹਿਮਤ ਨਹੀਂ ਉਹਨਾਂ ਖਿਲਾਫ਼ ਕੀਤੀ ਗਈ ਹੈ ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ ਇਸ ਗੱਲ ਦਾ ਮੋਦੀ ਸਰਕਾਰ ਕੋਈ ਜਵਾਬ ਨਹੀਂ ਹੈ ਅਤੇ ਸੁਪਰੀਮ ਕੋਰਟ ਲਗਾਤਾਰ ਕੋਰਟ ਵਿੱਚ ਮੋਦੀ ਸਰਕਾਰ ਦੀ ਖਿਚਾਈ ਕਰ ਰਹੀ ਹੈ ਅਜੇ ਮੈਂ ਆਪਣੀਆਂ ਵੀਡੀਓਸ ਵਿੱਚ ਕਹਿੰਦਾ ਹਾਂ ਕਿ ਮੋਦੀ ਅਤੇ ਭਾਜਪਾ ਅਤੇ ਅੰਬਾਨੀ ਮੱਝ ਹਨ ਅਤੇ ਮੱਝ ਅੱਗੇ ਜੀਵਨ ਜਾਣ ਦਾ ਕੋਈ ਫਾਇਦਾ ਨਹੀਂ ਮੈਂ ਸੁਪਰੀਮ ਕੋਰਟ ਦੇ ਚੀਫ ਜੱਜ ਅਤੇ ਹੋਰ ਜੱਜ ਸਭਾ ਨੂੰ ਕਹਾਂਗਾ ਕਿ ਭਾਵੇਂ ਮੋਦੀ ਸਰਕਾਰ ਇਲੈਕਸ਼ਨ 'ਚ ਜਿੱਤੀ ਹੈ ਪਰ ਇਸ ਦੀਆਂ ਆਪਦਰੀਆਂ ਕਾਰਵਾਈਆਂ ਦੇਖ ਕੇ ਇਸ ਨੂੰ ਬਰਖਾਸਤ ਕਰਤਾ ਜਾਏ ਅਤੇ ਸੁਪਰੀਮ ਕੋਰਟ ਦੇ ਚੀਫ ਜੱਜ ਸਾਕੀ ਸਾਰੇ ਜੱਜ ਸਾਰੀਆਂ ਪਾਵਰਾਂ ਆਪਣੇ ਹੱਥ 'ਚ ਲੈ ਲੈਣ ਅਤੇ ਨਾਲ ਹੀ ਮੈਂ ਕਹਾਂਗਾ ਕਿ ਜਲ ਸੈਨਾ ਥਲ ਸੈਨਾ ਅਤੇ ਹਵਾਈ ਸੈਨਾ ਜੋ ਮੁਖੀ ਹਨ ਅਤੇ ਬਾਕੀ ਜਿੰਨੀ ਸੈਨਾ ਹੈ ਉਹਨਾਂ ਨੂੰ ਪਤਾ ਹੈ ਕਿ ਮੋਦੀ ਜੋ ਚੰਨ ਜੜਦਾ ਪਿਆ ਅਤੇ ਹਿੰਦੀ ਹਿੰਦੂ ਹਿੰਦੁਸਤਾਨ ਕਹਿ ਕੇ ਦੇਸ਼ ਦਾ ਬੇੜਾ ਗਰਕ ਕਰ ਰਿਹਾ ਦੇਸ਼ ਦੀ ਇਕਾਨਮੀ ਦਾ ਵੀ ਨਾਸ਼ ਕਰ ਰਿਹਾ ਇਹ ਬੰਦਾ ਬਣਨ ਵਾਲਾ ਨਹੀਂ ਹੈ ਜੇ ਮੈਂ ਇਹਨਾਂ ਨੂੰ ਕਹਾਂ ਕਿ ਤੁਸੀਂ ਵਿਦਰੋਹ ਕਰ ਦਿਓ ਤਾਂ ਉਹ ਦੇਸ਼ ਦੇ ਹਿੱਤ 'ਚ ਨਹੀਂ ਹੋਵੇਗਾ ਮੈਂ ਇਹਨਾਂ ਨੂੰ ਕਹਾਂਗਾ ਕਿ ਸਾਰੇ ਕਮਾਂਡਰ ਦੇ ਫੌਜੀ ਚਾਹੇ ਜਲ ਸੈਨਾ ਦੇ ਨੇ ਚਾਹੇ ਥਲ ਸੈਨਾ ਚਾਹੇ ਵਾਯੂ ਸੈਨਾ ਦੇ ਨੇ ਉਹ ਆਪਣੀ ਜੌਬ ਤੋਂ ਰਿਜ਼ਾਈਨ ਦੇ ਦੇਣ ਅਤੇ ਰੱਬ ਤੁਹਾਨੂੰ ਭੁੱਖਾ ਨਹੀਂ ਮਾਰਦਾ ਉਹ ਰੁਜ਼ਗਾਰ ਦੇ ਦੇਗਾ ਜੇ ਮੋਦੀ ਨੂੰ ਕਹੋ ਕਿ ਤੂੰ ਨਿੱਕਰ ਪਾ ਲੈ ਅੰਬਾਨੀ ਵੀ ਨਿੱਕਰ ਪਾ ਲੈਣ ਭਾਜਪਾ ਵੀ ਨਿੱਕਰ ਪਾ ਲਵੇ ਜਦੋਂ ਵਾਹਗਾ ਬਾਰਡਰ 'ਤੇ ਜੰਗ ਛਿੜੇ ਜਾਂ ਕੋਈ ਹੋਰ ਕੰਟਰੀ ਇੰਡੀਆ 'ਤੇ ਅਟੈਕ ਕਰੇ ਜਿਵੇਂ ਚਾਈਨਾ ਕਰਦਾ ਅਤੇ ਮੋਦੀ ਨੂੰ ਅੰਬਾਨੀਆਂ ਨੂੰ ਅਤੇ ਭਾਜਪਾ ਨੂੰ ਨੱਕਰਾਂ ਪਾ ਕੇ ਡਾਂਗਾਂ ਦੇ ਕੇ ਸਰਹੱਦ 'ਤੇ ਭੇਜ ਦਿੱਤਾ ਜਾਵੇ ਉਧਰੋਂ ਗੋਲੀਆਂ ਦੀ ਵਿਛਾੜ ਹੋਵੇ ਅਤੇ ਬੰਬ ਸੁੱਟੇ ਜਾਣ ਅਤੇ ਇਹਨਾਂ ਨੂੰ ਘੋ ਘੋ ਕੇ ਮਾਰ ਦੇਣ ਇਹੀ ਇਹਨਾਂ ਮੂਰਖਾਂ ਦਾ ਹੱਲ ਹੈ ਕਿਉਂਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਲਾਤੋਂ ਕੇ ਫੂਲ ਬਾਤੋਂ ਸੇ ਨਹੀਂ ਮਾਨਤੇ ਪਾਕਿਸਤਾਨ 'ਚ ਅਕਸਰ ਅਸੀਂ ਸੁਣਦੇ ਹਾਂ ਕਿ ਮਿਲਟਰੀ ਵਿਦਰੋਹ ਕਰਦੀ ਹੈ ਪਰ ਉਹ ਵਿਦਰੋਹ ਕੋਈ ਡੈਮੋਕ੍ਰੇਸੀ ਦੇ ਹੱਕ ਵਿੱਚ ਨਹੀਂ ਹੁੰਦਾ ਪਰ ਜੇ ਮੈਂ ਇਹ ਕਹਿੰਦਾ ਹਾਂ ਕਿ ਜਿਹੜੀ ਮਿਲਟਰੀ ਸਾਡੀ ਹੈ ਉਹ ਰਿਜ਼ਾਈਨ ਦੇ ਦੇਵੇ ਤਾਂ ਕੋਈ ਵਿਦਰੋਹ ਨਹੀਂ ਹੋਏਗਾ ਉਹ ਮੋਦੀ ਨੂੰ ਅਤੇ ਉਹਦੇ ਬੰਦਿਆਂ ਨੂੰ ਸਬਜ਼ ਖਾਣ ਵਾਲੀ ਗੱਲ ਹੋਏਗੀ ਸਬਜ਼ ਤਾਂ ਬਣਾਉਣਾ ਕੋਈ ਨਹੀਂ ਅਤੇ ਇਹਨਾਂ ਨੂੰ ਇੱਦਾਂ ਹੀ ਆਉਂਦਾ ਨਾਸ਼ ਕਰ ਦੇਣਾ ਚਾਹੀਦਾ ਅਤੇ ਜਿਹੜੇ ਹੈਗੇ ਤਾਲਿਬਾਨ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਜਿਵੇਂ ਕਬਜ਼ਾ ਕੀਤਾ ਭਾਵੇਂ ਕਿ ਇਹ ਕੋਈ ਬਹੁਤੀ ਚੰਗੀ ਸੋਚ ਨਹੀਂ ਹੈ ਇਸ ਦਿਨ ਕੋਈ ਲਿਆਓ ਜਹਾਜ਼ ਆਪਣਾ ਇਹਦੇ ਵਿੱਚ ਮੋਦੀ ਨੂੰ ਬਾ ਲਓ ਭਾਜਪਾ ਨੂੰ ਬਾ ਲਓ ਅੰਬਾਨੀਆਂ ਨੂੰ ਬਾ ਲਓ ਸਮੁੰਦਰ 'ਚ ਲੈ ਉੱਥੇ ਜਾ ਕੇ ਸਾਰਿਆਂ ਡੁਬੋ ਦਿਓ ਅੱਗੇ ਸਾਰਾ ਦੇਸ਼ ਸੁਖੀ ਵਸੇ ਸਾਰਾ ਸੰਸਾਰ ਸੁਖੀ ਵਸੇ ਇਹ ਤਾਲਿਬਾਨ ਦਾ ਇਸ ਦੇਸ਼ 'ਤੇ ਬੜਾ ਪਾਪਕਾਰ ਹੋਏਗਾ ਭਾਵੇਂ ਮੈਂ ਤਾਲਿਬਾਨ ਦੀ ਇਸ ਕਾਰਵਾਈ ਨੂੰ ਉਹਦੀ ਪ੍ਰੋੜਤਾ ਨਹੀਂ ਦਿੰਦਾ ਪਰ ਇਹ ਸਾਡੀ ਮਜਬੂਰੀ ਹੈ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਡੇ ਆਪਣੇ ਦੇਸ਼ ਦੇ ਫੌਜੀ ਸੁਪਰੀਮ ਕੋਰਟ ਦੇ ਜੱਜਸ ਤਾਂ ਇਹ ਕੰਮਕਾਰੀ ਦੇਣਗੇ ਪਰ ਇਹ ਮੈਂ ਸਾਰਾ ਕੁਝ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਕਰਨਾ ਚਾਹੁੰਦਾ ਹਾਂ ਕਿਉਂਕਿ ਵਿਦਰੋਹ ਜਿਹੜਾ ਹੁੰਦਾ ਹੈ ਉਹ ਮਾੜਾ ਹੁੰਦਾ ਹੈ ਕਿ ਜਿੰਨੇ ਸਾਡੇ ਸੁਪਰੀਮ ਕੋਰਟ ਦੇ ਚੀਫ ਜੱਜ ਹਨ ਅਤੇ ਬਾਕੀ ਜੱਜ ਸਭਾ ਹਨ ਉਹ ਮੋਦੀ ਸਰਕਾਰ ਨੂੰ ਬਰਖਾਸਤ ਕਰ ਦੇਣ ਅਤੇ ਜਿੰਨੀ ਸਾਡੀ ਫੌਜ ਹੈ ਉਹ ਰਿਜ਼ਾਈਨ ਦੇ ਕੇ ਆਪਣੇ ਕੋਲ ਸਿਵਲ ਕੰਮ ਕਰ ਲਵੇ ਜਿਹਨਾਂ ਕੋਲ ਲੜਾਈ ਹੁਣ ਆਪੇ ਲੜ ਲਿਆ ਕਰੋ ਅਤੇ ਇਸ ਕਰਕੇ ਇਹ ਤਰੀਕਾ ਇਹਨਾਂ ਦਾ ਪ੍ਰੋਗ ਪਾਉਣ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ